ਹੈਲੋ ਜੀ ਮੇਰੇ ਵੱਲੋਂ ਪਿਆਰ ਭਰੇ ਸਾਥ ਸ੍ਰੀ ਅਕਾਲ ਸਾਰਿਆਂ ਨੂੰ ਗੋਮਲਟੀ ਚੈਨਲ ਦੇ ਵਿੱਚ ਮੇਰੀਆਂ ਭੈਣਾਂ ਤੇ ਮੇਰੇ ਵੀਰਾਂ ਦਾ ਸਵਾਗਤ ਆ ਹਾਂਜੀ ਅੱਜ ਆਪਾਂ ਘਰੇਲੂ ਨੁਸਖਾ ਲੈ ਕੇ ਆਏ ਹਾਂ ਪੈਰਾਂ ਦੇ ਅੱਡੀਆਂ ਦੇ ਲਈ ਜਿਵੇਂ ਅੱਜਕੱਲ੍ਹ ਸਰਦੀਆਂ ਦਾ ਮੌਸਮ ਆ ਹੱਥ ਵੀ ਕਈ ਭੈਣਾਂ ਦੇ ਜਿਹੜੇ ਹੱਥਾਂ ਤੇ ਵਿਆਇਆਂ ਬਣ ਜਾਂਦੀਆਂ ਖੂਨ ਨਿਕਲਣ ਲੱਗ ਜਾਂਦਾ ਠੰਡੇ ਪਾਣੀ ਦੇ ਵਿੱਚ ਕੰਮ ਕਰਨ ਦੇ ਨਾਲ ਤੇ ਜਾਂ ਕਈ ਵਾਰੀ ਕਿਸੇ ਕਿਸੇ ਦੀ ਸਕਿਨ ਹੀ ਇਦਾਂ ਦੀ ਹੁੰਦੀ ਹੈ ਕਿ ਜਦੋਂ ਸਰਦੀਆਂ ਦਾ ਮੌਸਮ ਆ ਜਿਹੜਾ ਕਿ ਹਵਾ ਚੱਲਣ ਲੱਗ ਜਾਂਦੀ ਇਹਦੇ ਨਾਲ ਕੀ ਸਕਿਨਾਂ ਜਿਹੜੀ ਉਹ ਡਰਾਈ ਹੋ ਜਾਂਦੀ ਖੁਸ਼ਕ ਹੋ ਜਾਂਦੀ ਤੇ ਫਟਣੀ ਸ਼ੁਰੂ ਹੋ ਜਾਂਦੀ ਆ ਤੇ ਅੱਡਾਂ ਜਿਹੜੀਆਂ ਪਾਟ ਜਾਂਦਾਂ ਤੇ ਉਹਦੇ ਵਿੱਚੋਂ ਜਿਹੜਾ ਖੂਨ ਨਿਕਲਣ ਲੱਗ ਜਾਂਦਾ ਤੇ ਉਹਦੇ ਲਈ ਜਿਹੜਾ ਆਪਾਂ ਇਹ ਮਹਲਾਮਾ ਘਰੇ ਹੀ ਬਣਾ ਕੇ ਤਿਆਰ ਕਰਾਂਗੇ ਤੇ ਬਹੁਤ ਹੀ ਘੱਟ ਖਰਚਾ ਤੇ ਕੋਈ ਜ਼ਿਆਦਾ ਇਹਦੇ ਤੇ ਮਿਹਨਤ ਨਹੀਂ ਲੱਗਦੀ ਬਹੁਤ ਹੀ ਸੌਖੀ ਆ ਬਣਾਉਣੀ ਇਸ ਤਰ੍ਹਾਂ ਆਪਾਂ ਇੱਕ ਮੋਮਬਤੀ ਲੈ ਲੈਣੀ ਆ ਜੇ ਤੁਸੀਂ ਜ਼ਿਆਦਾ ਮਾਤਰਾ ਵਿੱਚ ਬਣਾਉਣਾ ਚਾਹੁੰਦੇ ਆ ਤਾਂ ਤੁਸੀਂ ਇੱਕ ਦੀ ਜਗ੍ਹਾ ਦੋ ਲੈ ਲਓ ਪਰ ਮੋਮਬੱਤੀ ਜਿਹੜੀ ਤੁਸੀਂ ਵਾਈਟ ਹੀ ਲੈਣੀ ਆ ਚਿੱਟੀ ਲੈਣੀ ਆ ਕਲਰਫੁੱਲ ਨਹੀਂ ਲੈਣੀਗੇ ਤੇ ਇਸ ਨੂੰ ਇਸ ਤਰ੍ਹਾਂ ਜਿਹੜਾ ਇੱਕ ਕਾਰਦ ਦੇ ਨਾਲ ਜਿਹੜਾ ਪਤਲਾ-ਪਤਲਾ ਇਹਨੂੰ ਛੈਲ ਲਓ ਜਾਂ ਕਦੂਕਾਸ ਦੇ ਨਾਲ ਕਰ ਲਓ ਤੇ ਜਾਂ ਫਿਰ ਇਸ ਨੂੰ ਮੋਟਾ-ਮੋਟਾ ਤੋੜ ਕੇ ਤੇ ਇਸ ਨੂੰ ਕੁੱਟ ਲਓ ਬਹੁਤ ਹੀ ਈਜ਼ੀ ਆ ਤੇ ਬਾਅਦ ਵਿੱਚ ਜਿਹੜਾ ਇਸ ਮੋਮਬੱਤੀ ਨੂੰ ਪਘਲਾਉਣਾ ਹੀ ਹੁੰਦਾ ਲਓ ਜੀ ਆਪਾਂ ਜਿਹੜਾ ਇਸ ਨੂੰ ਮੋਟਾ-ਮੋਟਾ ਜਣਾ ਮੈਂ ਇਹਨੂੰ ਕੱਟ ਲਿਆ ਹੈਗਾ ਤੇ ਹੁਣ ਆਪਾਂ ਅੱਗੇ ਕੀ ਕਰਨਾ ਆਪਾਂ ਲਵਾਂਗੇ ਐਲੋਵੇਰਾ ਇਹ ਐਲੋਵੇਰਾ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਕਿ ਸਕਿਨ ਦੇ ਲਈ ਕਿੰਨਾ ਕੀ ਫਾਇਦੇਮੰਦ ਦਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਦਾ ਜਦੋਂ ਆਪਾਂ ਆਪਾਂ ਸਕਿਨ ਤੇ ਐਲੋਵੇਰਾ ਵਰਤਦੇ ਹਾਂ ਸਕਿਨ ਨੂੰ ਜਿਹੜਾ ਕਿ ਕੋਮਲ ਰੱਖਦਾ ਹੈ ਬਹੁਤ ਹੀ ਸੌਫਟ ਤੇ ਨਾਰਮਲ ਰੱਖਦਾ ਇਸ ਲਈ ਜਿਹੜਾ ਇਹਦੇ ਬਹੁਤ ਹੀ ਗੁਣਕਾਰੀ ਆ ਐਲੋਵੇਰਾ ਤੇ ਇਸ ਦੀ ਆਪਾਂ 2 ਚਮਚ ਜਿਹੜੇ ਜੈਲ ਲੈ ਲੈਣੀ ਆ ਜੇ ਤਾਂ ਤੁਹਾਡੇ ਘਰ ਵਿੱਚ ਫਰੈਸ਼ ਐਲੋਵੇਰਾ ਹੈਗਾ ਤਾਂ ਜਾਦਾ ਵਧੀਆ ਜੇ ਨਹੀਂ ਤਾਂ ਫਿਰ ਜਿਹੜਾ ਆਪਾਂ ਬਾਜ਼ਾਰੋਂ ਲਿਆ ਕੇ ਵਰਤਦੇ ਆ ਐਲੋਵੇਰਾ ਜੈੱਲ ਤੁਸੀਂ ਉਹਦੇ 2 ਚਮਚ ਲੈ ਲਓ ਆ ਦੇਖੋ ਮੈਂ ਇਹ ਜੈੱਲ ਲੈ ਲਈਆ 2 ਕ ਚਮਚ ਦੇ ਕਰੀਬ ਆ ਆਪਣੀ ਇਹ ਜੈੱਲ ਐ ਤੇ ਇਸ ਨੂੰ ਕੁੱਟ ਲਓ ਤੇ ਇੱਧਰ ਆਪਾਂ ਫਰਾਈਪੈਨ ਲੈ ਲਿਆ ਇਹਦੇ ਵਿੱਚ ਆਪਾਂ ਪਾਵਾਂਗੇ ਸਰੋਂ ਦਾ ਤੇਲ ਤੁਸੀਂ ਆਪਣੀ ਮਰਜ਼ੀ ਮੁਤਾਬਕ ਲੈਣਾ ਵੀ ਕਿੰਨੀ ਕ ਮਾਤਰਾ ਚ ਬਣਾਉਣਾ ਇਹ ਇਸ ਨੂੰ ਦਵਾਈ ਨੂੰ ਮਲਮ ਨੂੰ ਤੇ ਮੈਂ 3 ਚਮਚੇ ਜਿਹੜੇ ਇਹ ਸਰੋਂ ਦੇ ਤੇਲ ਦੇ ਲੈ ਲੇ ਤੁਸੀਂ ਵੱਧ ਜਾਂ ਘੱਟ ਕਰ ਸਕਦੇ ਆ ਜਿਆਦਾ ਬਣਾ ਕੇ ਰੱਖ ਲਓ ਤੁਹਾਡੀਆਂ ਜਿਹੜੀਆਂ ਸਰਦੀਆਂ ਦਾ ਸਾਰੀਆਂ ਵਧੀਆ ਲੰਘ ਜਾਣਗੀਆਂ ਹੱਥਾਂ ਤੇ ਵੀ ਲਗਾ ਸਕਦੇ ਹੋ ਤੁਸੀਂ ਅੱਡੀਆਂ ਤੇ ਵੀ ਲਗਾ ਸਕਦੇ ਹੋ ਇਹ ਨਾਲ ਆਪਾਂ ਲੈ ਲਿਆ ਨਾਰੀਅਲ ਦਾ ਤੇਲ ਨਾਰੀਅਲ ਦਾ ਤੇਲ ਇੱਕ ਲਿਕਵਿਡ ਹੁੰਦਾ ਇਹ ਜੰਮਿਆ ਹੋਇਆ ਕੋਈ ਵੀ ਲੈ ਲਓ ਦੋਨੋਂ ਵਧੀਆ ਤੇ ਜਿੰਨਾ ਆਪਾਂ ਸਰੋਂ ਦਾ ਤੇਲ ਲੈਣਾ ਉਨਾ ਹੀ ਆਪਾਂ ਜਿਹੜਾ ਨਾਰੀਅਲ ਦਾ ਤੇਲ ਲੈ ਲੈਣਾ ਤੇ ਇੱਕ ਸੇ ਆਪਾਂ ਜਿਹੜਾ ਗੈਸ ਆ ਚਾਲੂ ਕਰ ਦੇਣਾ ਇਹਨੂੰ ਚੰਗੀ ਤਰ੍ਹਾਂ ਆਪਾਂ ਗਰਮ ਕਰ ਲੈਣਾ ਤੇ ਨਾਲ ਹੀ ਆਪਾਂ ਪਾ ਦੇਣੀ ਆ ਐਲੋਵੇਰਾ ਦੀ ਜੈਲ ਇਹ ਆਪਣੀ ਜਿਹੜਾ ਸਕਿਨ ਨੂੰ ਸੌਫਟ ਰੱਖਦਾ ਨਰਮ ਰੱਖਦਾ ਕਿਉਂਕਿ ਅੱਜ ਕੱਲ ਮੌਸਮ ਦੇ ਵਿੱਚ ਠੰਡੇ ਪਾਣੀ ਦੇ ਨਾਲ ਵੀ ਆ ਕੁਛ ਜਿਹੜੀ ਹਵਾ ਚੱਲ ਰਹੀ ਹੈ ਇਹਦੇ ਨਾਲ ਜਿਹੜਾ ਸਕਿਨ ਡਰਾਈ ਹੋ ਜਾਂਦੀ ਆ ਅੱਡਾਂ ਫਟਣੀਆਂ ਸ਼ੁਰੂ ਹੋ ਜਾਂਦੀਆਂ ਤੇ ਖੂਨ ਆ ਜਿਹੜਾ ਬਹੁਤ ਜ਼ਿਆਦਾ ਨਿਕਲਣ ਲੱਗ ਜਾਂਦਾ ਇਸ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਤੇ ਐਲੋਵੇਰਾ ਨੂੰ ਜਿਹੜਾ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਮੋਮਬਤੀ ਆ ਜਿਹੜੀ ਪਿਗਲ ਜਾਂਦੀ ਆ ਬਹੁਤ ਜਲਦੀ ਤੇ ਇਹਦੇ ਤੇ ਜ਼ਿਆਦਾ ਟਾਈਮ ਨਹੀਂ ਲੱਗਦਾ ਇਹ ਮਲਮ ਬਣਾਉਣ ਤੇ ਤੇ ਬਹੁਤ ਹੀ ਵਧੀਆ ਅੱਡਾਂ ਦੇ ਲਈ ਆ ਇਹ ਤੇ ਹੁਣ ਆਪਾਂ ਇਹਨੂੰ ਪੂਰੀ ਤਰ੍ਹਾਂ ਜਿਹੜਾ ਇਹਨੂੰ ਰੈਨ ਲਿਆ ਤੇ ਐਲੋਵੇਰਾ ਵੀ ਜਿਹੜਾ ਆਪਾਂ ਵਿੱਚ ਇਹਨੂੰ ਮਿਕਸ ਕਰ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਜਿਹੜਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਹੁਣ ਆਪਾਂ ਇਹਨੂੰ ਰੱਖਾਂਗੇ ਠੰਡਾ ਹੋਣ ਲਈ ਸਾਈਡ ਤੇ ਉਸ ਤੋਂ ਬਾਅਦ ਆਪਾਂ ਇੱਕ ਡੱਬੀ ਦੇ ਵਿੱਚ ਪਾ ਕੇ ਰੱਖ ਦਵਾਂਗੇ ਇਦੇ ਵਿੱਚ ਆਪਾਂ ਇੱਕ ਚੀਜ਼ ਹੋਰ ਜੇ ਹੋਰ ਮਲਾਨੀਆ ਇੱਧਰ ਮੈਂ ਪਾਣੀ ਗਰਮ ਹੋਣ ਲਈ ਰੱਖਿਆ ਪੈਰਾਂ ਨੂੰ ਸਾਫ਼ ਕਰਨ ਵਾਸਤੇ ਜਦੋਂ ਆਪਾਂ ਮੰਨ ਲਮ ਰਾਤ ਨੂੰ ਲਗਾਉਣੀ ਹੁੰਦੀ ਆ ਦਿਨੇ ਤਾਂ ਥੋੜਾ ਔਖਾ ਹੋ ਜਾਂਦਾ ਇਹ ਆਪਾਂ ਪਾਣੀ ਉਹਨਾਂ ਕ ਗਰਮ ਕਰਨਾ ਜਿੰਨੇ ਦੇ ਵਿੱਚ ਆਪਣੇ ਪੈਰ ਡੁੱਬ ਜਾਣ ਵਿੱਚ ਥੋੜਾ ਜਿਹਾ ਆਪਾਂ ਲੂਣ ਲੈ ਲਿਆ ਤੇ ਕੋਈ ਵੀ ਸ਼ੈਂਪੂ ਲੈ ਲਓ ਮੈਂ ਤਾਂ ਜਿਹੜਾ ਕਲੀਨਿਕ ਪਲੱਸ ਲਿਆ ਤੁਸੀਂ ਜੋ ਵੀ ਸ਼ੈਂਪੂ ਘਰ ਵਿੱਚ ਹੈਗਾ ਥੋੜਾ ਜਿਹਾ ਲੈ ਲਓ ਆ ਦੇਖੋ ਮੈਂ ਬਿਲਕੁਲ ਥੋੜਾ ਜਿਹਾ ਲਿਆ ਜਿਆਦਾ ਨਹੀਂ ਲਿਆਗਾ ਇਹਨਾਂ ਨੂੰ ਤਿੰਨਾਂ ਨੂੰ ਓਨਾ ਕ ਗਰਮ ਕਰੋ ਜਿੰਨੇ ਕ ਆਪਣੇ ਪੈਰ ਆ ਜਿਹੜੇ ਟੱਚ ਕਰ ਸਕਣ ਪਾਣੀ ਨੂੰ ਗਰਮ ਨੂੰ ਤੇ ਇਹ ਆਪਾਂ ਲੈ ਲਿਆ ਨਿੰਬੂ ਤੇ ਨਿੰਬੂ ਨੇ ਜਿਹੜਾ ਕਿ ਆਪਣੇ ਪੈਰਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਹੁੰਦਾ ਮੈਲ ਕੱਢ ਦੇਣੀ ਹੁੰਦੀ ਆ ਡੰਗਾਂ ਦੇ ਵਿੱਚੋਂ ਤੇ ਨਿੰਬੂ ਦੇ ਨਾਲ ਹੀ ਜਿਹੜਾ ਆਪਾਂ ਰਗੜ ਰਗੜ ਕੇ ਪੈਰਾਂ ਨੂੰ ਧੋ ਲੈਣਾ ਇੱਕ ਝਾਵੇਂ ਦੇ ਨਾਲ ਸਾਫ਼ ਕਰਕੇ ਤੇ ਰਾਤ ਨੂੰ ਹਰ ਰੋਜ਼ ਇਸ ਤਰ੍ਹਾਂ ਪਾਣੀ ਨੂੰ ਬਣਾ ਕੇ ਗਰਮ ਕਰਕੇ ਤੇ ਪੈਰਾਂ ਨੂੰ ਜਿਹੜਾ 10 ਮਿੰਟ ਲਈ ਡਬੋ ਕੇ ਰੱਖੋ ਤੇ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ ਸਾਫ ਕਰਨ ਤੋਂ ਬਾਅਦ ਜਿਹੜਾ ਪੈਰਾਂ ਨੂੰ ਤੌਲਗੇ ਦੇ ਵਿੱਚ ਭਲੇਟ ਕੇ ਉਸ ਤੋਂ ਬਾਅਦ ਜਿਹੜੀ ਉਹ ਮਲਣਮ ਲਗਾਉਣੀ ਆ ਮਲਣਮ ਦੇ ਵਿੱਚ ਹਜੇ ਇੱਕ ਚੀਜ਼ ਹੋਰ ਆ ਜਿਹੜੀ ਵਿੱਚ ਪਾਉਣੀ ਆ ਆਪਾਂ ਉਹ ਤੁਹਾਨੂੰ ਅੱਗੇ ਜਾ ਕੇ ਦਿਖਾਵਾਂਗੇ ਦੱਸਾਂਗੇ ਪਾਣੀ ਆ ਜਿਹੜਾ ਪੈਰ ਧੋਣ ਲਈ ਐ ਇਸ ਤਰ੍ਹਾਂ ਤੁਸੀਂ ਬਣਾਉਣਾ ਐ ਗਰਮ ਕਰਨਾ ਤੇ ਉਹਦੇ ਵਿੱਚ ਸ਼ੈਂਪੂ ਤੇ ਲੂਣ ਤੇ ਨਿੰਬੂ ਜ਼ਰੂਰ ਪਾਉਣਾ ਤਾਂ ਕਿ ਜਿਹੜੇ ਆਪਣੇ ਪੈਰ ਸੌਫਟ ਤੇ ਸਾਫ਼ ਹੋ ਜਾਣ ਜਿਹੜੀ ਉਹਦੇ ਵਿਆਇਆਂ ਪੈਰਾਂ ਦੀਆਂ ਅੱਡੀਆਂ ਜਿਹੜੀਆਂ ਖੁਸ਼ਕ ਹੋ ਜਾਂਦੀਆਂ ਉਹ ਨਰਮ ਹੋ ਜਾਵੇ ਚਮੜੀ ਲਓ ਜੀ ਇੱਧਰ ਆਪਣਾ ਜਿਹੜੀ ਇਹ ਮਲਮ ਆ ਠੰਡੀ ਹੋ ਗਿਆ ਤੇਲ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਵਿਟਾਮਿਨ E ਦੇ ਦੋ ਕੈਪਸੂਲ ਇਹ ਤਾਂ ਆਪਣੇ ਘਰ ਵਿੱਚ ਨਾਰਮਲੀ ਹੁੰਦੇ ਸਕਿਨ ਦੇ ਲਈ ਜਿਹੜਾ ਵਰਤੇ ਜਾਂਦੇ ਆ ਸਕਿਨ ਨੂੰ ਜਿਹੜਾ ਵਧੀਆ ਰੱਖਣ ਵਾਸਤੇ ਤੇ ਇਹ ਆਪਾਂ ਦੋ ਲੈ ਲੇ ਕੈਪਸੂਲ ਤੇ ਇਹਨਾਂ ਨੂੰ ਹੁਣ ਆਪਾਂ ਥੋੜਾ ਜਿਹਾ ਕੱਟ ਕਰਕੇ ਸਿਰਫ ਦੋ ਹੀ ਪਾਉਣੇ ਆ ਜ਼ਿਆਦਾ ਨਹੀਂ ਪਾਉਣੇਗੇ ਵੈਸੇ ਨਹੀਂ ਹੈਗਾ ਤਾਂ ਸਕਿੱਪ ਕਰ ਦਿਓ ਕੋਈ ਜ਼ਰੂਰੀ ਵੀ ਨਹੀਂ ਹੈਗਾ ਪਰ ਜੇ ਪਾਲੋ ਤਾਂ ਜ਼ਿਆਦਾ ਵਧੀਆ ਮੰਨ ਲਵਾਂ ਜਿਹੜੀ ਆਪਣੀ ਬਣ ਕੇ ਤਿਆਰ ਹੋ ਜੂ ਘਰ ਵਿੱਚ ਤੁਸੀਂ ਇੱਕ ਵਾਰ ਇਸ ਤਰ੍ਹਾਂ ਬਣਾ ਕੇ ਜ਼ਰੂਰ ਟਰਾਈ ਕਰਿਆ ਜੋ ਲਓ ਜੀ ਮੈਂ ਦੋ ਕੈਪਸੂਲ ਇਹਦੇ ਵਿੱਚ ਪਾ ਲਿਆ ਤੇ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਤੇ ਇਹ ਦੇਖਦੇ ਦੇਖਦਾ ਜਿਹੜੇ ਹੁਣ ਆਪਣੀ ਜਿਹੜੀ ਇਹ ਮਲਣ ਬਣ ਜਾਣੀ ਆ ਦੇਖੋ ਕੈਪਸੂਲ ਪਾਉਣ ਦੇ ਨਾਲ ਫਟਾਫਟ ਜਿਹੜੀ ਇਹ ਮਲਣ ਬਣ ਕੇ ਤਿਆਰ ਹੋ ਜਾਣੀ ਆ ਤੇ ਇਧਰ ਆਪਾਂ ਇੱਕ ਡੱਬੀ ਲੈ ਲਈ ਆ ਤੇ ਇਹਦੇ ਵਿੱਚ ਆਪਾਂ ਜਿਹੜਾ ਇਹਨੂੰ ਕੱਢ ਕੇ ਰੱਖ ਲੈਣਾ ਕੋਈ ਵੀ ਡੱਬੇ ਘਰ ਵਿੱਚ ਕੋਈ ਚੀਜ਼ ਲੈ ਲਓ ਖੁੱਲੀ ਜਿਹਦੇ ਵਿੱਚ ਆਪਣਾ ਜਿਹੜਾ ਹੱਥ ਦੇ ਨਾਲ ਆਪਾਂ ਮਲਮ ਨੂੰ ਬਾਹਰ ਕੱਢ ਲੀਏ ਇਸ ਤਰ੍ਹਾਂ ਬਸ ਇਹੀ ਆ ਵੀ ਜਦੋਂ ਵੀ ਤੁਸੀਂ ਰਾਤ ਨੂੰ ਪੈਰ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਉਹਨਾਂ ਨੂੰ ਸਕਾ ਕੇ ਤੌਲੀਏ ਦੇ ਵਿੱਚ ਜਿਹੜਾ ਉਹਨਾਂ ਨੂੰ ਰੱਖੋ ਕੇ ਤਾਂ ਕਿ ਜਿਹੜੇ ਆਪਣੇ ਪੈਰ ਆ ਸੌਫਟ ਹੋ ਜਾਣ ਨਰਮ ਹੋ ਜਾਣ ਉਹਨਾਂ ਦੀਆਂ ਅੱਡੀਆਂ ਜਿਹੜੀ ਆਪਣੇ ਅੱਡੀਆਂ ਫਟੀਆਂ ਹੁੰਦੀਆਂ ਉਹ ਨਰਮ ਹੋ ਜਾਣ ਉਸ ਤੋਂ ਬਾਅਦ ਪੈਣ ਲੱਗੇ ਜਦੋਂ ਰਾਤ ਨੂੰ ਸੌਣਾ ਤੇ ਇਹ ਮਲਮ ਨੂੰ ਚੰਗੀ ਤਰ੍ਹਾਂ ਅੱਡੀਆਂ ਤੇ ਲਾ ਲਓ ਵਿਆਇਆਂ ਤੇ ਲਾ ਲਓ ਇਸ ਤਰ੍ਹਾਂ ਆਪਾਂ ਹੱਥਾਂ ਤੇ ਵੀ ਲਾ ਸਕਦੇ ਹਾਂ ਹੱਥਾਂ ਦੀ ਜਿਹੜੇ ਹੋ ਜਾਂਦੀਆਂ ਵਿਆਇਆਂ ਉਂਗਲਾਂ ਤੇ ਪਾਟ ਜਾਂਦੀਆਂ ਖੂਨ ਨਿਕਲਣ ਲੱਗ ਜਾਂਦਾ ਹੱਥਾਂ ਤੇ ਲਗਾਓ ਅੱਡੀਆਂ ਤੇ ਲਗਾਓ ਬਹੁਤ ਹੀ ਫਾਇਦੇਮੰਦ ਦਾ ਇਹ ਤੁਹਾਨੂੰ ਜਿਹੜਾ ਇਹ ਬਹੁਤ ਹੀ ਵਧੀਆ ਇਹ ਮਲਮ ਤੁਸੀਂ ਘਰੇ ਬਣਾ ਕੇ ਰੱਖੋਗੇ ਤਾਂ ਜਿਹੜਾ ਕਿ ਬਹੁਤ ਹੀ ਫਾਇਦੇਮੰਦ ਦਾ ਤੁਹਾਨੂੰ ਆਰਾਮ ਮਿਲੇਗਾ ਕੋਈ ਵੀ ਜਿਹੜੀ ਬਾਜ਼ਾਰੋਂ ਟਿਊਬ ਜਾਂ ਵੈਸਲੀਨ ਕੁਝ ਵੀ ਜਿਹੜੀ ਲਿਆਉਣ ਦੀ ਲੋੜ ਨਹੀਂ ਪਊਗੀ ਆ ਦੇਖੋ ਇੱਕ ਮਲਮ ਬਣ ਕੇ ਜਿਹੜੀ ਇਹ ਹੋ ਗਈ ਆ ਤਿਆਰ ਤੇ ਬਹੁਤ ਹੀ ਵਧੀਆ ਇਹ ਅੱਡੀਆਂ ਨੂੰ ਸਾਫ਼ ਰੱਖਣ ਦੇ ਵਾਸਤੇ ਅੱਡੀਆਂ ਨੂੰ ਨਰਮ ਕਰਨ ਵਾਸਤੇ ਵਿਆਇਆਂ ਨੂੰ ਜਿਹੜਾ ਕਿ ਠੀਕ ਰੱਖਣ ਵਾਸਤੇ ਆ ਤੇ ਤੁਸੀਂ ਜਰੂਰ ਇੱਕ ਵਾਰੀ ਟਰਾਈ ਕਰੋ ਆਪਣੇ ਘਰ ਵਿੱਚ ਬਣਾ ਕੇ ਦੇਖੋ ਤੇ ਵਰਤੋ ਤੁਹਾਨੂੰ ਜਿਹੜਾ ਬਹੁਤ ਹੀ ਫਾਇਦਾ ਹੋਊਗਾ ਹਾਂਜੀ ਅੱਜ ਦੀ ਵੀਡੀਓ ਮੇਰੀ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਚਲੋ ਠੀਕ ਆ ਜੀ ਵੀਡੀਓ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਮਿਲਾਂਗੇ